ਪਰ ਸਿੰਘਾਂ ਨੇ ਤਕੜੇ ਹੋ ਕੇ ਬਾਪੂ ਸੂਰਤ ਸਿੰਘ ਜੀ ਅੱਜ ਵੀ ਹਸਨਪੁਰ ਬੈਠੇ ਨੇ ਤੇ ਮਰਜ ਕਰ ਰਹੇ ਆ ਇਬਾਦਤਾਂ ਨੇ ਤਾਂ ਹੀ ਇੰਨੇ ਦਿਨ ਕੱਢਦੇ ਭਗਤੀ ਹੈ ਬੰਦਗੀ ਹੈ ਕਮਾਈ ਸ਼ਬਦ ਦੀ ਉਹਨਾਂ ਦੇ ਕੋਲ ਹੈ ਸਿੰਘੋ ਅੱਗੇ ਸੁਣਦੇ ਹੁੰਦੇ ਸੀ ਨਾ ਵੀ ਸਿੰਘ ਚਮਕੌਰ ਦੀ ਗੜੀ ਭੁੱਖੇ ਰਹੇ ਸੁਣਦੇ ਸੀ ਨਾ ਅੱਗੇ ਇਤਿਹਾਸ ਪੜ੍ਹਦੇ ਸੀ ਵੀ ਚਮਕੌਰ ਦੀ ਗੜੀ ਸਿੰਘਾਂ ਨੇ ਕੱਖ ਖਾ ਕੇ ਘਾਹ ਖਾ ਕੇ ਗੁਜ਼ਾਰਾ ਕੀਤਾ ਢਿੱਡ ਪਿੱਠ ਨਾਲ ਲੱਗੇ ਹੋਏ ਸੀ ਬਾਪੂ ਸੂਰਤ ਸਿੰਘ ਦੇ ਦਰਸ਼ਨ ਕਰ ਲਓ ਉਹਨਾਂ ਦਾ ਵੀ ਢਿੱਡ ਪਿੱਠ ਨਾਲ ਲੱਗਿਆ ਕਰ ਲਓ ਜਿਨ੍ਹਾਂ ਦੀ ਜ਼ਮੀਰ ਜਾਗਦੀ ਆ ਉਹ ਤੇ ਵੇਖਦੇ ਨੇ ਦਰਸ਼ਨ ਕਰਦੇ ਨੇ ਉਹ ਇਸ ਗੱਲ ਦੇ ਵਿੱਚ ਪੱਖ ਵੀ ਪੂਰਦੇ ਨੇ ਪਰ ਜਿਨ੍ਹਾਂ ਦਾ ਜ਼ਮੀਰ ਸੁੱਤਾ ਹੋਇਆ ਹੈ ਉਹ ਕਹਿੰਦੇ ਲੈ ਆਹ ਕੀ ਕੰਮ ਫੜ ਲਿਆ ਉਹਨਾਂ ਸਿੰਘਾਂ ਨੂੰ ਯਾਦ ਕਰਦੇ ਹੋ ਨਾ ਉਹਨਾਂ ਨੇ ਕਮਾਈ ਕਾਹਦੀ ਕੀਤੀ ਹੈ ਬੋਲਿਓ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਹਾਂ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਬੋਲੋ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਬੋਲੋ ਭੈਣ ਨਾਨਕ ਸ਼ਬਦ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ 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 ਬੋਲੋ ਨਾਨਕ ਸ਼ਬਦ